ਕੋਵਿਡ ਵੈਕਸੀਨ ਵਾਇਰਸਾਂ ਤੋਂ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਮੌਤ ਅਤੇ ਗੰਭੀਰ ਬਿਮਾਰੀਆਂ ਤੋਂ ਬਚਾਅ ਕਰਨ ਵਿੱਚ ਮਦਦ ਕਰੇਗੀ ਪਰ ਅਸਲ ਵਿੱਚ ਇਹ ਕੰਮ ਕਿਵੇਂ ਕਰਦੇ ਹਨ ਫਲੂ ਦੇ ਟੀਕੇ ਜਿਵੇਂ ਹੋਰਨਾ ਟੀਕਿਆਂ ਦੇ ਸਮਾਨ ਹੀ ਹਨ ਕੋਵਿਡ 19 ਦੇ ਟੀਕੇ ਵੀ ਸੂਈ ਦੇ ਨਾਲ ਹੀ ਲਗਾਏ ਜਾਣਗੇ ਇਹ ਸਰੀਰ ਵਿੱਚ ਪ੍ਰਤੀਰੋਧੀ ਪ੍ਰਤੀਕਿਰਿਆ ਪੈਦਾ ਕਰਦਾ ਹੈ ਇਹ ਆਪਣੇ ਸਰੀਰ ਦੀ ਆਪ ਸੁਰੱਖਿਆ ਕਰਨ ਦਾ ਕੁਦਰਤੀ ਤਰੀਕਾ ਹੈ ਵੈਕਸੀਨ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰੇਗਾ ਅਤੇ ਕੋਵਿਡ-19 ਦੇ ਨਾਲ ਲੜਨ ਦੀ ਸਖਲਾਈ ਦੇ ਕੇ ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਏਗਾ ਵੈਕਸੀਨ ਵਿੱਚ ਵਾਇਰਸ ਦੇ ਮਰੇ ਜਾਂ ਕਮਜ਼ੋਰ ਰੂਪ ਹੋ ਸਕਦੇ ਹਨ ਜੋ ਬਿਮਾਰੀ ਦਾ ਕਾਰਨ ਬਣਦੇ ਹਨ ਜਾਂ ਵਾਇਰਸ ਦਾ ਇੱਕ ਛੋਟਾ ਜਿਹਾ ਹਿੱਸਾ ਜਿਵੇਂ ਕਿ ਪ੍ਰੋਟੀਨ ਸ਼ਾਮਲ ਹੋ ਸਕਦਾ ਹੈ ਇਸ ਗੱਲ ਦਾ ਕੋਈ ਖਤਰਾ ਨਹੀਂ ਹੈ ਕਿ ਤੁਹਾਨੂੰ ਵੈਕਸੀਨ ਤੋਂ ਬਾਅਦ ਕੋਈ ਰੋਗ ਹੋ ਜਾਵੇਗਾ ਜਦੋਂ ਤੁਹਾਡਾ ਇਮਿਊਨ ਸਿਸਟਮ ਵੈਕਸੀਨ ਵਿੱਚ ਇਸ ਵਾਇਰਸ ਜਾਂ ਇਸ ਦੇ ਭਾਗਾਂ ਦੀ ਪਛਾਣ ਕਿਸੇ ਬਾਹਰੀ ਵਸਤੂ ਦੇ ਤੌਰ ਉੱਤੇ ਕਰਦਾ ਹੈ ਇਸ ਲਈ ਇਹ ਮੈਮਰੀ ਸੈੱਲ ਅਤੇ ਐਂਟੀਬਾਡੀਜ਼ ਤਿਆਰ ਕਰਕੇ ਪ੍ਰਤੀਕਿਰਿਆ ਕਰਦਾ ਹੈ ਜਿਸ ਨਾਲ ਭਵਿੱਖ ਦੇ ਸੰਕਰਮਣ ਜਾਂ ਬਿਮਾਰੀ ਤੋਂ ਤੁਹਾਡੀ ਸੁਰੱਖਿਆ ਹੋਵੇਗੀ ਨਤੀਜੇ ਵਜੋਂ ਤੁਹਾਨੂੰ ਵੈਕਸੀਨੇਸ਼ਨ ਹੋਣ ਤੋਂ ਬਾਅਦ ਕੋਵਿਡ-19 ਦੇ ਗੰਭੀਰ ਲੱਛਣ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਵਧੇਰੇ ਜਾਣਕਾਰੀ ਲਈ health.gov.au ਵੇਖੋ